ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਕਾਫੀ ਦਿਨਾਂ ਬਾਅਦ ਅੱਜ ਵੀਡੀਓ ਬਣਾਉਣ ਲੱਗੇ ਹਾਂ। ਬਸ ਕੁਛ ਇੱਦਾਂ ਜਿਵੇਂ ਸੀਗੇ ਅਤੇ ਅੱਜ ਤੁਹਾਨੂੰ ਦਿਖਾਉਂਦੇ ਆਲੂਆਂ ਨੂੰ ਮਿੱਟੀ ਚੜ੍ਹਾ ਰਹੇ ਹਾਂ ਜੀ, ਜਿਹੜੇ ਬਾਰਿਸ਼ ਤੋਂ ਬਾਅਦ 'ਚ ਲਾਏ ਸੀ। ਬਾਰਿਸ਼ ਤੋਂ ਪਹਿਲਾਂ ਵਾਲਿਆਂ ਨੂੰ ਤਾਂ ਚੜ੍ਹਾਤੀ ਆ ਅਤੇ ਹੁਣ ਜਿਹੜੇ ਬਾਰਿਸ਼ 25-26 ਦੀ ਸੀ ਬਾਰਿਸ਼, ਉਹ ਤੋਂ ਬਾਅਦ ਫਿਰ 28 ਨੂੰ ਦੁਬਾਰਾ ਸ਼ੁਰੂ ਕੀਤੇ ਸੀਗੇ। ਤੁਹਾਨੂੰ ਬੈਕ ਕੈਮਰੇ 'ਚ ਦਿਖਾਉਂਦਾ ਮੈਂ, AFC3 ਵਰਾਇਟੀ ਹੈ ਜੀ, ਇੱਕ ਮਹੀਨੇ ਦੇ ਨਹੀਂ ਹੋਏ। ਅੱਜ ਇਹਨਾਂ ਨੂੰ ਮਿੱਟੀ ਚੜ੍ਹ ਰਹੀ ਆ, ਦੇਖੋ ਤਾਂ ਕਰੋ ਚੈੱਕ ਬੱਟ ਕਿੱਦਾਂ ਦੀ ਬਣਦੀ ਹੈ। ਕਾਫੀ ਵਧੀਆ ਬੱਟ ਬਣ ਰਹੀ ਹੈ, ਨਾਲ ਹੀ ਸਪਰੇਅ ਵੀ ਚੱਲ ਰਹੀ ਹੈ ਜੀ। ਕੱਲ੍ਹ ਸ਼ਾਮੀ ਢੇਰ ਪਾਇਆ ਸੀਗਾ, ਫਿਰ ਸਵੇਰੇ ਸਵੇਰੇ ਸਪਰੇਅ ਹੁਣ ਕਰ ਰਹੇ ਬੰਦੇ ਲੱਗੇ ਵੱਡੇ ਪੰਪ ਨਾਲ। ਰਾਮੂ ਮਿੱਟੀ ਚੜ੍ਹਾ ਰਿਹਾ ਡਰਾਈਵਰ, ਆਹ ਮੇਰੇ ਪਿੱਛੇ ਪੰਪ ਆਈ ਟਰੈਕਟਰ ਵਾਲਾ, ਇਹਨਾਂ ਸਪਰੇਅ ਕਰਦੇ ਹਾਂ ਵੱਡੀ ਪਾਈਪ ਲਾ ਕੇ। 4-5 ਕਿੱਲੇ ਇੱਕ ਥਾਂ ਖੜਾ ਕਰਕੇ ਹੋ ਜਾਂਦੀ ਹੈ ਸਪਰੇਅ ਨੂੰ, ਪਾਣੀ ਵੀ ਚੰਗਾ ਲੱਗ ਜਾਂਦਾ, ਕੋਈ ਇੰਨੀ ਪ੍ਰੋਬਲਮ ਨਹੀਂ ਹੁੰਦੀ। ਮਿੱਟੀ ਚੜ੍ਹਾ ਰਿਹਾ ਡਰਾਈਵਰ, ਵਧੀਆ ਚੜ੍ਹ ਰਹੀ ਮਿੱਟੀ। ਵੱਟ ਮੋਟੀ ਹੋਇਆ ਫਿਰ ਹਰਾ ਹਰਾ ਨਹੀਂ ਹੁੰਦਾ ਜੀ ਆਲੂ। ਕਈ ਕੁਛ ਕਰਨਾ ਪੈਂਦਾ ਜੀ, 2 ਮਹੀਨੇ ਦੀ 70 LR ਤਾਂ 80 ਦਿਨ ਬਾਅਦ ਪੱਟੀ ਦਾ, FC3 65-66 ਦਿਨ ਬਾਅਦ ਪੱਟ ਹੋ ਜਾਂਦਾ, ਪਰ ਮਤਲਬ ਜਿੰਨੇ ਦਿਨ ਦੀ ਫਸਲ ਆ ਉਨੇ ਦਿਨ ਵਿੱਚ ਹੀ ਰਹਿਣਾ ਪੈਂਦਾ ਜੀ ਆਲੂਆਂ ਨੇ। ਇੱਧਰ ਥੋੜ੍ਹਾ ਜਿਹਾ ਜਰਮੀਨੇਸ਼ਨ 'ਚ ਪ੍ਰੋਬਲਮ ਆਈ ਸੀ, ਪਰ ਠੀਕ ਆ, ਉੱਗ ਪਿਆ ਸਾਰਾ। ਚੰਗੀ ਤਰ੍ਹਾਂ ਬੂਟੇ ਭੇਜ ਜਾਓ, ਮੁੰਡਾ ਲੱਗਾ ਖਿੱਚਣ ਭਾਈ। 4 ਬੰਦਿਆਂ ਨਾਲ ਸਪਰੇਅ ਹੋ ਜਾਂਦੀ, 4 ਬੰਦੇ ਬਹੁਤ ਵਧੀਆ ਸਪਰੇਅ ਕਰ ਦਿੰਦੇ, 20 ਕਿੱਲੇ ਹੋ ਜਾਂਦੇ ਇੱਕ ਦਿਨ 'ਚ ਉੱਦਾਂ ਵੀ। ਫਿਰ ਤੋਂ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ। ਅੱਜ ਇੱਕ ਭੋਗ 'ਤੇ ਚੱਲੇ ਸਾਡੇ ਫਰੈਂਡਾਂ ਨਾਲ ਹੀ, ਪਿੰਡਾਂ ਸੱਜੀ ਪਿੰਡ, ਅਤੇ ਉੱਥੇ ਅੱਜ ਉਹਨਾਂ ਦੇ ਭੋਗ ਆ, ਬੇਟੇ ਉਹਨਾਂ ਦੇ ਮੈਰਿਜ ਆ ਉਹਨਾਂ ਦੀ, ਅਤੇ ਉੱਧਰ ਜਾਣ ਦੀ ਤਿਆਰੀ ਕੀਤੀ ਹੈ ਜੀ। ਬਸ ਇੱਕ ਹੋਰ ਫਰੈਂਡ ਨੂੰ ਵੇਟ ਕਰ ਰਹੇ ਹਾਂ, ਉਹ ਆਊਗਾ ਤਾਂ ਫਿਰ ਉਹਦੇ ਨਾਲ ਹੀ ਨਿਕਲ ਜਾਵਾਂਗੇ। ਬਾਕੀ ਦੇਖਦੇ ਹਾਂ ਜੀ ਕਿੱਦਾਂ ਦਾ, ਚਾਹ ਪਾਣੀ ਛੱਕਦੇ ਹਾਂ ਨਾਲੇ, ਤੁਹਾਨੂੰ ਵੀਡੀਓ ਵੀ ਥੋੜ੍ਹੀ ਦਿਖਾ ਲਾਂਗੇ ਬਣਾ ਕੇ। ਚਲੋ ਚੱਲਦੇ ਹਾਂ। ਰੂਪ ਨੂੰ ਵੀ ਪੁੱਛ ਲਿਆ, ਹਾਂ ਕਿੱਦਾਂ ਫਿਰ ਹੈਗਾ ਜਾਣ ਦਾ ਪ੍ਰੋਗਰਾਮ? ਮੈਂ ਸ਼ਾਮਾਂ ਨੂੰ ਜਾਣਾ। ਦੇਖ ਲਾ ਡੀਜੇ ਤੇ। ਡੀਜੇ ਤੇ ਜਾਣਾ ਤੇ ਫਿਰ ਮੈਂ ਜਾਇਆ ਹੁਣ, ਠੀਕ ਆ? ਚੱਲ ਠੀਕ ਆ, ਓਕੇ। ਲਓ ਜੀ ਭੋਗ 'ਤੇ ਜਾ ਕੇ ਲੰਗਰ ਪਾਣੀ ਛੱਕ ਕੇ ਤਾਂ ਆ ਗਏ ਹਾਂ, ਫਰੈਂਡ ਆ ਗਿਆ ਸੀ, ਦੋਨੋਂ ਜਣੇ ਆਪਾਂ ਚੱਲ ਗਏ ਸੀ। ਹੁਣ ਦੇਖਦੇ ਕੋਈ ਕੰਮ ਕਾਰ ਕਰਦੇ ਹਾਂ। ਮੰਡੀ 'ਚ ਇੱਕ ਟਰਾਲੀ ਖੜ੍ਹੀ ਆ ਲਾਸਟ ਸੀਗੀ ਝੋਨੇ ਦੀ, ਟਰਾਲੀ ਲੈਣ ਚੱਲੇ ਹਾਂ ਹੁਣ, ਲਿਆ ਕੇ ਨਾਲੇ ਤੁਹਾਨੂੰ ਮੰਡੀ ਦਿਖਾਉਂਦੇ ਹਾਂ। ਅਤੇ ਚਲੋ ਚੱਲਦੇ ਹਾਂ, ਕਰਦੇ ਹਾਂ ਟਰੈਕਟਰ ਸਟਾਰਟ, ਆ ਲੈ ਕੇ ਚੱਲਦੇ ਹਾਂ ਨੀਲਾ ਘੋੜਾ ਆਪਣਾ। ਚਲੋ ਚੱਲਦੇ ਹਾਂ ਜੀ, ਫਿਰ ਉੱਥੇ ਦੇਖਦੇ ਹਾਂ, ਗੱਲਬਾਤ ਕਰਦੇ ਹਾਂ ਸੁੱਕਿਆ ਕਿ ਨਹੀਂ ਝੋਨਾ ਇੱਦਾਂ ਹੀ। ਲਓ ਜੀ ਮੰਡੀ 'ਚ ਆ ਗਏ, ਬਸ ਕਰ ਲਿਆ ਇਕੱਠਾ, ਆਖਰੀ ਸ਼ੋਅ ਹੀ ਆ। ਮੋਇਸਚਰ ਆ ਗਈ 17.5, 2 ਕੁ ਘੰਟੇ ਫੋਲਣਾ ਪਿਆ ਸੀ। ਛੋਟੀ ਮੰਡੀ ਆ ਫੋਕਲ ਪੁਆਇੰਟ, ਦੇਖਦੇ ਹੁਣ ਤੋਲ ਕੇ ਕਿੱਦਾਂ ਬਣਦੀ ਇਹਦੀ ਗੱਲਬਾਤ। 26 ਬਰੈਡੀ ਆ, ਇਹ ਥੋੜ੍ਹੀ ਮਿਕਸ ਹੋ ਗਈ ਸੀ, 121 ਵੀ ਆ ਵਿੱਚ ਥੋੜ੍ਹੀ ਜਿਹੀ। ਪੱਖਾ ਲਾਉਣਾ ਇੱਕ ਵਾਰੀ ਫਿਰ, ਹੈ ਪੱਖਾ ਲਾਉਣਾ? ਬਸ ਠੀਕ ਆ, ਹੁਣ ਤਾਂ ਵਧੀਆ। ਅੱਛਾ ਹੁਣ ਸਹੀ ਆ, ਫਿਰ ਵੀ ਲੰਬੜਦਾਰ ਤੋਂ ਭਰਾਵਾ ਪੁੱਛਣਾ ਚਾਹੀਦਾ। ਚੱਲ ਠੀਕ ਆ, ਠੀਕ ਆ, ਠੀਕ ਆ। ਟਰਾਲੀ ਪਾ ਲਈ ਆਈ ਟਰੈਕਟਰ, ਮਗਰ ਚੱਲਦੇ ਹਾਂ ਘਰ ਨੂੰ।
ਤੇ ਕਰਦੇ ਗੱਲਬਾਤ ਅੱਗੇ ਜਾ ਕੇ। ਲਓ ਜੀ ਘਰੇ ਆ ਗਏ ਸੀਗੇ, ਕਰ ਦਿੰਦੇ ਹਾਂ। ਬੰਦੇ ਕਹਿੰਦੇ ਟਾਹਲੀ ਛਾਂਗਣੀ ਆ, ਟਾਹਲੀ ਛਾਂਗਣ ਲੱਗੇ ਕਹਿੰਦੇ ਨਾਲੋਂ ਨਾਲ ਛਾਪੇ ਉੱਤੇ ਰੱਖੀ ਜਾਂਦੇ ਹਾਂ, ਤਾਂ ਕਰਕੇ ਫਿਰ ਟਰਾਲੀ ਲਾ ਦਿੱਤੀ ਮੈਂ ਇੱਥੇ। ਹੁਣ ਧਿਆਨ ਨਾਲ ਘਮੋੜੀਆਂ ਤਾਂ ਨਹੀਂ ਉੱਤੇ, ਘਮੋੜੀਆਂ ਤਾਂ ਨਹੀਂ, ਚੱਲ ਠੀਕ ਆ। ਧਿਆਨ ਨਾਲ ਯਾਰ ਫੇਰ ਵਿੱਚ ਸਿੱਟੀ ਜਾਓ ਸਿੱਧਾ ਹੀ। ਚਲੋ ਜੀ ਫਿਰ ਅੱਜ ਇੱਥੇ ਬੰਦ ਕਰਦੇ ਹਾਂ ਜੀ ਵੀਡੀਓ ਨੂੰ, ਅਤੇ ਪਲੀਜ਼ ਕਿਰਪਾ ਕਰਕੇ ਸ਼ੇਅਰ ਵੀ ਕਰਿਆ ਕਰੋ, ਕਮੈਂਟ ਕਰਿਆ ਕਰੋ ਵਧੀਆ ਵਧੀਆ ਜੀ, ਕਿੱਦਾਂ ਕੀ ਇੰਨੀ ਕੁ ਇੰਪਰੂਵਮੈਂਟ ਆਪਾਂ ਕਰ ਸਕਦੇ ਹਾਂ। ਪਲੱਸ ਸਬਸਕ੍ਰਾਈਬ ਜ਼ਰੂਰ ਕਰੋ ਜੀ, ਆਪ ਵੀ ਕਰੋ, ਜੋ ਰਿਸ਼ਤੇਦਾਰ ਭੈਣ ਭਰਾ ਸਾਰਿਆਂ ਤੋਂ ਕਰਵਾਓ। ਬਹੁਤ ਬਹੁਤ ਮਿਹਰਬਾਨੀ ਜੀ, ਧੰਨਵਾਦ।